ਇਸ ਨੌਜਵਾਨ ਦਾ ਬਹੁਤ ਹੀ ਬੁਰਾ ਹੋਇਆ ਏ। ਕਰੀਬ 3 ਸਾਲ ਪਹਿਲਾਂ ਮਾਛੀਵਾੜਾ ਸਾਹਿਬ ਦਾ ਇਹ ਨੌਜਵਾਨ ਜੋ ਕਿ ਕੰਮਕਾਜ ਕਰਨ ਦੇ ਲਈ ਦੁਬਈ ਗਿਆ ਸੀ, ਵਿਦੇਸ਼ ਦਾ ਰਾਹ ਫੜਿਆ ਸੀ ਇਸਨੇ, ਤਾਂ ਇਹ ਨੌਜਵਾਨ ਬਾਹਰ ਕੰਮਕਾਜ ਕਰਨ ਤੋਂ ਬਾਅਦ ਇੱਕ ਰੂਮ ਦੇ ਵਿੱਚ ਜਾਂਦਾ ਹੈ ਜਿੱਥੇ ਗਲਤ ਮੁੰਡਿਆਂ ਦੇ ਨਾਲ ਬੈਠਾ ਸੀ, ਤਾਂ ਮੌਕੇ 'ਤੇ ਪੁਲਿਸ ਵਾਲੇ ਰੇਡ ਮਾਰ ਦਿੰਦੇ ਨੇ ਅਤੇ ਇਸ ਨੂੰ ਵੀ ਨੌਜਵਾਨ ਨੂੰ ਨਾਲ ਚੁੱਕ ਕੇ ਲੈ ਜਾਂਦੇ ਨੇ, ਜਿਸ ਕਰਕੇ ਹੁਣ ਪਿਛਲੇ 3 ਸਾਲਾਂ ਤੋਂ ਇਹ ਨੌਜਵਾਨ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਤੇ ਹੁਣ ਪਿੱਛੋਂ ਇਸਦੇ ਮਾਂ ਪੇ ਪਿੱਛੋਂ ਰੋ ਰਹੇ ਨੇ। ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦਾ ਪੁੱਤ ਬੇਕਸੂਰ ਹੈ, ਉਹਦਾ ਡੋਪ ਟੈਸਟ ਕਰਾ ਲਿਆ ਜਾਵੇ, ਉਹ ਕੋਈ ਨਸ਼ਾ ਨਹੀਂ ਕਰਦਾ, ਉਹ ਸਿਰਫ ਜਿਹੜੇ ਰੂਮ ਦੇ ਵਿੱਚ ਰਹਿ ਰਿਹਾ ਸੀ, ਜਿਹੜੇ ਰੂਮ ਦੇ ਵਿੱਚ ਰੁਕਿਆ ਹੋਇਆ ਸੀ, ਉਸ ਦੇ ਵਿੱਚ ਜਿਹੜੇ ਨੌਜਵਾਨ ਪਹਿਲਾਂ ਤੋਂ ਰਹਿ ਰਹੇ ਸਨ ਉਹ ਨਸ਼ੇੜੀ ਸਨ, ਉਹਨਾਂ ਦੇ ਵੱਲੋਂ ਨਸ਼ਾ ਕੀਤਾ ਜਾਂਦਾ ਸੀ। ਇਸ ਬਜ਼ੁਰਗ ਮਾਂ ਦੇ ਹੰਝੂ ਵੇਖੋ, ਕਿਵੇਂ ਆਪਣੇ ਮੁੰਡੇ ਨਾਲ ਮਿਲਣ ਲਈ ਤਰਸ ਰਹੀ ਹੈ ਮਾਂ। ਲਗਾਤਾਰ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ, ਜਿਵੇਂ ਕਿ ਪਹਿਲਾਂ ਵੀ ਤੁਸੀਂ ਦੇਖਿਆ ਸੰਤ ਸੀਚੇਵਾਲ ਦੇ ਵੱਲੋਂ ਜੋ ਕਿ ਰਾਜ ਸਭਾ ਮੈਂਬਰ ਵੀ ਨੇ, ਉਹਨਾਂ ਦੇ ਵੱਲੋਂ ਕਈ ਮੁੰਡਿਆਂ ਨੂੰ, ਨੌਜਵਾਨ ਮੁੰਡੇ ਕੁੜੀਆਂ ਨੂੰ ਵਿਦੇਸ਼ ਤੋਂ ਵਾਪਸ ਬੁਲਾਇਆ ਗਿਆ ਏ, ਜਿਹੜੇ ਕਿ ਕਈ ਤਾਂ ਕੈਦ ਦੇ ਵਿੱਚ ਸਨ ਅਤੇ ਕਈ ਉੱਥੇ ਫਸੇ ਹੋਏ ਸਨ, ਜ਼ਿਆਦਾਤਰ ਲੀਬੀਆ ਤੋਂ ਮੰਗਾਇਆ ਏ, ਅਤੇ ਹੁਣ ਉਹਨਾਂ ਨੂੰ ਹੀ ਇਹ ਮਾਂ ਗੁਹਾਰ ਲਗਾ ਰਹੀ ਹੈ ਕਿ ਉਹਨਾਂ ਦੇ ਮੁੰਡੇ ਨੂੰ ਜਲਦ ਤੋਂ ਜਲਦ ਪੰਜਾਬ ਲਿਆਇਆ ਜਾਵੇ, ਕਿਉਂਕਿ 3 ਸਾਲ ਹੋ ਗਏ ਨੇ, ਨਾ ਹੀ ਉਸਦਾ ਕੋਈ ਅਤਾ ਪਤਾ ਹੈ, ਕਿਉਂਕਿ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਤੇ ਪੁਲਿਸ ਉਸਨੂੰ ਬਰੀ ਵੀ ਨਹੀਂ ਕਰ ਰਹੀ, ਰਿਹਾ ਵੀ ਨਹੀਂ ਕਰ ਰਹੀ। ਆਓ ਇਸ ਦੁਖਿਆਰੀ ਮਾਂ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਇਸ ਦੇ ਪੁੱਤ ਨਾਲ ਵਿਦੇਸ਼ ਦੇ ਵਿੱਚ ਕੀ ਵਾਪਰਿਆ। ਬਰਤੀ ਸੰਤ ਬਸ ਇੰਨਾ ਕੁ ਸਿਰਫ ਪਤਾ ਲੱਗਿਆ ਵੀ ਰੂਮ ਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਛਾਪਾ ਮਾਰ ਲਿਆ ਤਾਂ ਲੈ ਗਏ। ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਫੋਨ ਬੰਦ ਆਉਣ ਲੱਗ ਗਿਆ, ਸਾਨੂੰ ਕਿਸੇ ਮੁੰਡੇ ਨੇ ਦੱਸਿਆ, ਪੁਲਿਸ ਚੱਕ ਕੇ ਲੈ ਗਈ ਮਨਪ੍ਰੀਤ ਨੂੰ। ਬਾਕੀ ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਹੈਗਾ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ। ਬਸ ਮੇਰੇ ਤਾਂ ਇਹੀ ਹੱਥ ਜੋੜ ਕੇ ਬੇਨਤੀ ਆ, ਮੇਰਾ ਬੱਚਾ ਘਰ ਆਉਣਾ ਚਾਹੀਦਾ, ਮੇਰਾ ਬੱਚਾ ਬੇਕਸੂਰ। ਕਿੰਨਾ ਸਮਾਂ ਹੋ ਗਿਆ ਉਹਨੂੰ? 1.5 ਸਾਲ ਹੋ ਗਿਆ ਜੀ ਅੰਦਰ ਜੇਲ੍ਹ ਚੋਂ। ਤੁਹਾਡੇ ਨਾਲ ਗੱਲਬਾਤ ਹੋ ਜਾਂਦੀ? ਕਦੇ ਨਹੀਂ ਜੀ ਖੋਲ ਕੇ ਸਾਡੇ ਨਾਲ ਗੱਲਬਾਤ ਹੋ ਗਈ, ਰੱਖੜੀ ਨਾਲ ਮੇਰੀ ਗੱਲ ਹੋਈ ਹੈ ਜੀ ਬਸ। ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਅਜਿਹੇ ਕੇਸ ਲੜਦੀਆਂ, ਜਾਂ ਕੋਈ ਸਰਕਾਰੀ ਅਧਿਕਾਰੀ ਹੈ ਸਰਕਾਰ ਨੂੰ ਕੋਈ ਅਪੀਲ ਕੀਤੀ ਜਾਂ ਕਰਨੀ ਚਾਹੁੰਦੇ ਹੋ? ਹਾਂਜੀ ਕਰਨੀ ਚਾਹੁੰਦੀ, ਕੀਤੀ ਤਾਂ ਹੈ ਨਹੀਂ। ਕੀ ਕਹਿਣਾ ਚਾਹੁੰਦੇ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ, ਮੇਰੀ ਹੱਥ ਜੋੜ ਕੇ ਬੇਨਤੀ, ਮੇਰਾ ਬੇਟਾ ਬਸ ਘਰ ਆ ਜੀ ਜੀ, ਸਰਕਾਰ ਛੱਡ ਜੀ ਤਾਂ ਠੀਕ ਆ, ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਛ ਕਰ ਲੈਣਾ ਜੀ, ਮੈਂ ਰਹਿ ਨਹੀਂ ਸਕਦੀ ਹੈ। ਮਾਛੜਾ ਸਾਹਿਬ ਲੈਣ ਵਾਲੇ ਦਾ ਕੌਣ ਸੀ? ਅੱਛਾ ਕੀ ਘਟਨਾ ਵਾਪਰੀ ਆ ਤੁਹਾਡੇ ਭਾਈ ਨਾਲ? ਮੇਰਾ ਬ੍ਰਦਰ ਬਾਅਦ ਦੁਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ। ਸਨ ਦੱਸ ਦਿਓ ਕਦੋਂ ਗਿਆ ਸੀ? ਉਹ 2020 ਦੇ ਵਿੱਚ ਗਿਆ ਸੀਗਾ ਜੀ। ਅੱਛਾ ਹਾਂਜੀ, ਕੀ ਨਾਮ ਆ ਤੁਹਾਡੇ ਬ੍ਰਦਰ ਦਾ? ਮੇਰੇ ਬ੍ਰਦਰ ਦਾ ਨਾਮ ਆ ਮਨਪ੍ਰੀਤ ਸਿੰਘ ਆ ਜੀ। ਕਿੰਨੀ ਉਮਰ ਆ ਉਹਦੀ? ਉਹਦੀ ਉਮਰ ਕਰੀਬ ਹੋਊਗੀ 25-26 ਸਾਲ ਹੋ ਗਏ ਜੀ। ਕਿੰਨਾ ਸਮਾਂ ਹੋ ਗਿਆ ਬਾਹਰ ਗਏ ਨੂੰ? ਉਹਨੂੰ 3 ਸਾਲ ਤੋਂ ਉੱਪਰ ਹੋ ਗਏ ਜੀ ਇਹਨੂੰ। ਕਿਸੇ ਕੰਪਨੀ ਦੇ ਥਰੂ ਗਏ ਸੀ? ਹਾਂਜੀ ਕੰਪਨੀ ਥਰੂ ਗਏ ਸੀ ਅਸੀਂ। ਥੋੜਾ ਚਿਰ ਪਹਿਲਾਂ ਸਾਨੂੰ ਫੋਨ ਕੀਤਾ ਸੀਗਾ ਉਹਨੇ, ਕਹਿੰਦਾ ਮੇਰੇ ਬੜਾ ਬੜਾ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ, ਉਹਨੂੰ ਕਿਹਾ ਸੀ ਫੋਨ ਰੱਖ ਕੇ ਵੀ ਮੇਰਾ ਰੂਮ ਚੇਂਜ ਕਰ ਦਿਓ,
ਰੂਮ 'ਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਭਾਅ ਜੀ, ਅਤੇ ਮੇਰੇ ਬ੍ਰਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਰੂਮ 'ਚ, ਉਸ ਤੋਂ ਬਾਅਦ ਰੂਮ ਚੇਂਜ ਕਰ ਦਾਂਗੇ ਆਪਾਂ ਉੱਥੋਂ। ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਹੋਰ? ਨਹੀਂ, ਪਹਿਲਾਂ ਕਿਸੇ ਹੋਰ ਕੰਪਨੀ ਸੀਗਾ ਉੱਥੇ। ਅੱਛਾ, ਹਾਂਜੀ। ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲੇ ਨੂੰ? ਉਹ ਕੰਪਨੀ ਜਿੱਥੇ ਪਹਿਲਾਂ ਭੇਜਿਆ ਸੀਗਾ ਉੱਥੇ 7-8 ਮਹੀਨੇ ਰਿਹਾ ਨਵੀਂ ਕੰਪਨੀ 'ਤੇ। ਹਾਂਜੀ। ਇਹਨਾਂ ਮੁੰਡਿਆਂ ਨੂੰ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ? ਇਹ ਮੁੰਡਾ ਰਹਿੰਦਾ ਸਿਰਫ 3 ਦਿਨ ਹੋਏ ਸੀ ਉਹਨੂੰ ਸਰ। ਕੀ ਹੋਇਆ ਫਿਰ ਦੱਸੋ ਤਫਸੀਲ ਨਾਲ। 3 ਦਿਨ ਬਾਅਦ ਜਾ ਕੇ ਸਾਨੂੰ, ਕਈ ਦਿਨ ਬਾਅਦ ਪਤਾ ਲੱਗਿਆ, ਫੋਨ ਜਦੋਂ ਬੰਦ ਆਉਣ ਲੱਗਾ ਮੁੰਡੇ ਨਾਲ ਕਾਲ ਆਈ ਨਾ ਕੋਈ ਵੈਸਤਾ ਜੀ, ਅਤੇ ਫਿਰ ਸਾਨੂੰ ਉਹਨੇ ਮੁੰਡੇ ਨੂੰ ਫੋਨ ਕੀਤਾ ਉਦੋਂ ਬਾਅਦ ਜੇਲ੍ਹ 'ਚੋਂ ਜੀ। ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ? ਇਸ ਟਾਈਮ ਜਮਾਨ ਜੇਲ੍ਹ ਵਿੱਚ ਸਰ। ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ? ਜੇਲ੍ਹ ਦੇ ਵਿੱਚ ਤਕਰੀਬਨ 1.5 ਸਾਲ ਹੋ ਚੁੱਕਾ ਜੀ। ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਉਹਦਾ? ਸਾਨੂੰ ਸਰ ਫੋਨ ਹੀ ਕਰ ਦਿੰਦਾ ਉਹ ਜੇਲ੍ਹ ਦੇ ਵਿੱਚ। ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ? ਨਹੀਂ, ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ, ਸਿਰਫ ਇੱਕ ਵਰਾਈ ਨੂੰ ਚਿੱਠੀ ਪਾਈ ਹੈ ਪਟਿਆਲੇ 'ਚ ਜੀ। ਕੀ ਉਹ ਵਿਆਹਿਆ ਹੋਇਆ ਸੀਗਾ ਜਾਂ? ਨਹੀਂ, ਅਨਮੈਰਿਡ ਸਰ। ਹਾਂਜੀ। ਤੁਹਾਡੀ ਕੀ ਲੈਣ ਕੇ ਅਪੀਲ ਹੈ ਤੁਹਾਡੀ? ਸਾਡੀ ਤਾਂ ਇਹ ਸਰਕਾਰ ਅੱਗੇ ਅਪੀਲ ਆ ਵੀ ਸਾਡੇ ਬੱਚੇ ਨੂੰ ਰਿਹਾ ਕਰਵਾਇਆ ਜਾਵੇ ਉੱਥੋਂ।